ਕੁਰਸੀ ਤੇ ਬੈਠ ਕੇ ਆਰਾਮ ਨਾਲ ਚੋਰ ਨੇ ਕੱਢੀ ਸਾਰੀ ਨਦੀ। ਕੋਲ ਬੈਠਾ ਸੀ ਦੁਕਾਨਦਾਰ, ਫਿਰ ਵੀ ਨਹੀਂ ਕਰ ਪਾਇਆ ਕੁਝ। ਜਾਂਦਾ ਜਾਂਦਾ ਚੋਰ ਚੁੱਕ ਕੇ ਲੈ ਗਿਆ ਪਰਫਿਊਮ। ਤਾਂ ਦੱਸਦੇ ਕਿ ਦਵਾਈਆਂ ਦੀ ਦੁਕਾਨ ਤੇ ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ ਇਹ ਚੋਰ ਪਹਿਲਾਂ ਤਾਂ ਸਲਾਹ ਕਰਦੇ ਨੇ ਤੇ ਫਿਰ ਦਵਾਈ ਲੈਣ ਦੇ ਬਹਾਨੇ ਇਸ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੁੰਦੇ ਨੇ। ਤਾਂ ਪਹਿਲਾਂ ਇੱਕ ਲੁਟੇਰਾ ਵੜਦਾ ਹੈ ਤੇ ਫਿਰ ਜਦ ਦੂਸਰਾ ਲੁਟੇਰਾ ਵੜਦਾ ਹੈ ਤਾਂ ਉਹਨਾਂ ਦੇ ਵੱਲੋਂ ਇਸ ਦੁਕਾਨਦਾਰ ਤੇ ਬੰਦੂਕ ਤਾਣ ਲਈ ਜਾਂਦੀ ਹੈ, ਜਦਕਿ ਦੂਸਰਾ ਲੁਟੇਰਾ ਕੁੰਡੀ ਲਗਾ ਕੇ ਫਿਰ ਦਰਾਜ ਦੀ ਫਰੋਲਾ ਫਰਾਲੀ ਕਰਨ ਲੱਗ ਜਾਂਦਾ ਹੈ ਤੇ ਉਸਦੇ ਵਿੱਚ ਪਈ ਸਾਰੀ ਨਕਦੀ ਕੱਢ ਲੈਂਦਾ। ਤਾਂ ਤਸਵੀਰਾਂ ਦੇ ਵਿੱਚ ਵੇਖੋ ਕਿਸ ਤਰੀਕੇ ਦੇ ਨਾਲ ਇਹ ਚੋਰ ਕੁਰਸੀ ਤੇ ਆਰਾਮ ਨਾਲ ਬੈਠ ਕੇ ਚੋਰੀ ਕਰਦਾ ਹੋਇਆ ਨਜ਼ਰ ਆ ਰਿਹਾ, ਜਦਕਿ ਦੂਸਰਾ ਲੁਟੇਰਾ ਦੁਕਾਨਦਾਰ ਦੇ ਸਿਰ ਤੇ ਪਿਸਤੌਲ ਤਾਨੀ ਬੈਠਾ ਹੁੰਦਾ। ਤਾਂ ਪੂਰੀ ਵਾਰਦਾਤ ਕਰਨ ਤੋਂ ਬਾਅਦ ਇਹਨਾਂ ਦੇ ਵੱਲੋਂ ਮੈਡੀਕਲ ਸਟੋਰ ਦਾ ਸਮਾਨ ਵੀ ਚੱਕਿਆ ਜਾਂਦਾ ਹੈ ਤੇ ਜਾਂਦਾ ਜਾਂਦਾ ਚੋਰ ਮੌਕੇ ਤੇ ਇੱਕ 60 ਰੁਪਏ ਵਾਲਾ ਪਰਫਿਊਮ ਵੀ ਚੱਕ ਲੈਂਦਾ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਚੋਰਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ ਮੌਕੇ ਤੋਂ ਇਹ 30,000 ਰੁਪਏ ਦੀ ਨਕਦੀ ਕੱਢ ਕੇ ਲੈ ਜਾਂਦੇ ਨੇ। ਤਾਂ ਇਸ ਸੰਬੰਧੀ ਦੁਕਾਨਦਾਰ ਨੇ ਦੱਸਿਆ ਕਿ ਦੇਖਣ ਦੇ ਵਿੱਚ ਉਹ 18 ਤੋਂ 20 ਸਾਲ ਦੇ ਲੱਗਦੇ ਸੀ, ਤਾਂ ਉਹਨਾਂ ਦੇ ਮੂੰਹ ਤੇ ਕੱਪੜਾ ਬੰਨਿਆ ਹੋਇਆ ਸੀ, ਜਿਸ ਕਾਰਨ ਉਹਨਾਂ ਦੀ ਪਹਿਚਾਣ ਨਹੀਂ ਹੋ ਸਕੀ। ਪਰ ਉਸਦੇ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮਾਮਲਾ ਪੁਲਿਸ ਦੇ ਨਿਗਰਾਨੀ ਹੇਠ ਆ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੂਰੇ 6 ਵਜੇ ਦੋ ਜਣੇ ਆਉਂਦੇ ਆ, ਇੱਕ ਜਣਾ ਪਹਿਲੇ ਅੰਦਰ ਵੜਿਆ, ਦਵਾਈ ਲਈ ਪੁੱਛਿਆ ਉਹਨੇ, ਇਹ ਹੈਗੀ ਹੈ, ਮੈਂ ਉੱਠ ਕੇ ਦੇਣ ਲੱਗਿਆ ਤੇ ਦੂਸਰਾ ਅੰਦਰ ਵੜਿਆ ਔਰ ਉਹਨੇ ਲੋਕ ਕਰ ਲਿਆ ਦਰਵਾਜ਼ਾ। ਮੈਂ ਕਿਹਾ ਭਾਅ ਜੀ ਕੁੰਡੀ ਖੋਲ੍ਹ ਦਿਉ। ਇਸ ਤੋਂ ਪਹਿਲਾਂ ਹੀ ਦੂਸਰੇ ਨੇ ਪਿਸਤੌਲ ਕੱਢ ਲਈ, ਲੋਡ ਵੀ ਕੀਤੀ, ਸਾਫ਼ ਆਵਾਜ਼ ਆਈ, ਕਹਿੰਦਾ ਚੁੱਪ ਕਰਕੇ ਤੇ ਸਾਈਡ 'ਤੇ ਬਹਿ ਜਾ, ਸਾਨੂੰ ਆਪਣਾ ਕੰਮ ਕਰ ਲੈਂਦੇ। ਫਿਰ ਉਹ ਪਿਸਤੌਲ ਲੈ ਕੇ ਮੇਰੇ ਲਾਗੇ ਬੈਠਾ ਰਿਹਾ, ਮੈਨੂੰ ਹਿੱਲਣ ਨਹੀਂ ਦਿੱਤਾ। ਦੂਸਰੇ ਬੰਦੇ ਨੇ ਸਾਰੀ ਫੋਲਾ ਫਾਲੀ ਕਰਕੇ ਜੋ ਵੀ ਪੈਸੇ ਹੈਗੇ ਇੱਧਰ ਉੱਧਰੋਂ ਸਾਰੇ ਪਿੱਛੋਂ ਪਰਫਿਊਮ ਯੇ ਵੋ ਸਭ ਕੁਛ ਕੱਢ ਕੁੱਢ ਕੇ ਅੱਜ ਲਿਫਾਫਾ ਆਪਣੇ ਜੇਬ 'ਚ ਹੀ ਪਾਇਆ ਅਤੇ ਨਿਕਲ ਗਏ। ਅਤੇ ਮੈਨੂੰ ਜਾਣ ਲੱਗਿਆ, ਮੈਨੂੰ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਤੁਸੀਂ ਕਿਹਾ ਜਾਂ ਹਿੱਲਿਆ ਇੱਥੋਂ ਜਿੰਨੀ ਦੇਰ ਅਸੀਂ ਜਾਂਦੇ ਨਹੀਂ ਤਾਂ ਅਸੀਂ ਵਾਪਸ ਆ ਜਾਣਾ ਹੀ ਅਤੇ ਗੋਲੀ ਤੈਨੂੰ ਮਾਰ ਦੇਣੀ ਆ। ਸਰ ਉਹ ਹਾਰਡਲੀ 19 ਕੁ ਸਾਲ 18-20 ਸਾਲ ਦੇ ਲਾਗੇ ਛਾਗੇ। ਰੁਮਾਲ ਸਰ ਬਾਹਰ ਖਲੋ ਕੇ ਉਹਨਾਂ ਨੇ ਬੰਨੇ, ਪਹਿਲੇ 1-2 ਮਿੰਟ ਬਾਹਰ ਆ ਉਹਨਾਂ ਨੇ ਸਲਾਹ ਕੀਤੀ ਹੈ ਪ੍ਰੋਪਰ, ਜੋ ਕਿ ਰਿਕਾਰਡਿੰਗ ਵਿੱਚ ਵੀ ਆਇਆ। ਪਹਿਲੇ ਬਾਹਰ ਸਲਾਹ ਸਲੂਹ ਕਰਕੇ ਰੁਮਾਲ ਬੰਨ ਕੇ ਫਿਰ ਅੰਦਰ ਆਏ ਆ ਅਤੇ ਉਹਨਾਂ ਨੇ ਹਾਂਜੀ ਹਾਂਜੀ ਸਰ ਉਹਨਾਂ ਨੇ ਹੁਣ ਕੈਮਰੇ ਦੀ ਫੁਟੇਜ ਵਗੈਰਾ ਚੈੱਕ ਕਰ ਰਹੇ ਨੇ ਅਤੇ ਕਹਿੰਦੇ ਕੋਈ ਗੱਲ ਨਹੀਂ। ਸਰ ਤੁਹਾਨੂੰ ਪਤਾ ਕਿ ਕਿਹੜੇ ਮੁੰਡੇ ਸੀ ਜਾਂ ਕੋਈ? ਨਹੀਂ ਆਈਡੀਆ ਸਰ, ਕੁਛ ਵੀ ਨਹੀਂ। ਆਪਾਂ ਤਾਂ ਕਦੀ ਕਿਸੇ ਨਾਲ ਸਰ ਤਕਰੀਬਨ 28-30 ਹਜ਼ਾਰ ਰੁਪਇਆ ਸੀਗਾ, ਜੋ ਕਿ ਪੇਮੈਂਟਾਂ ਪੁਮੈਂਟਾਂ ਦੇਣੀਆਂ ਵੀ ਸੀਗੀਆਂ, ਕੁਛ ਆਈਆਂ ਵੀ ਸੀਗੀਆਂ। ਸ਼ਨੀਵਾਰ ਮੋਸਟਲੀ ਪੇਮੈਂਟਾਂ ਕਰਨੀਆਂ ਹੁੰਦੀਆਂ ਆਪਾਂ। ਸਰ ਦੁਕਾਨ ਦਾ ਨਾਮ ਕੀ ਆ? ਵਰਸ਼ਾ ਮੈਡੀਕਲ। ਕੀ ਮੰਗੀ ਕਰਦੇ ਬਸ? ਸਰ ਦੇਖੋ ਜੀ ਕੋਈ ਸੇਵ ਹੀ ਨਹੀਂ ਗਾ, 6 ਵਜੇ ਸ਼ਰੇਆਮ ਪਿਸਤੌਲ ਦੇ ਕੇ ਲੁੱਟ ਖੋਹ ਹੋ ਰਹੀ ਹੈ, ਇਸ ਤੋਂ ਵੱਧ ਹੋਰ ਮੈਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਹੈਗੀ। ਹਾਂਜੀ ਹਾਂਜੀ ਸਰ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜਲਦੀ ਆਪਾਂ ਉਹਨਾਂ ਨੂੰ ਫੜਦੇ ਹਾਂ ਅਤੇ ਕਾਰਵਾਈ ਕਰਦੇ ਹਾਂ। ਹਾਂਜੀ ਆ ਨਨਕੀਨਾ ਵੀਰ ਦੇ ਵਿੱਚ ਵਰਸਾ ਮੈਡੀਕਲ ਸਟੋਰ ਪੈਂਦਾ ਜੀ। ਇਤਲਾਹ ਮਿਲੀ ਸੀ ਕਟੋਰ ਰੂਮ ਤੋਂ ਵੀ ਇੱਥੇ ਕੋਈ ਅਨਨੋਨ ਆਦਮੀ ਜਿਹੜੇ ਆ ਉਹ ਲੈ ਗਏ ਇਹਨਾਂ ਦੇ ਮੈਡੀਕਲ ਸਟੋਰ ਤੋਂ ਕੋਈ ਪੈਸਿਆਂ ਦੀ ਖੋਹ ਕਰਕੇ ਲੈ ਗਏ ਆ। ਮੌਕੇ 'ਤੇ ਪਹੁੰਚੇ ਹਾਂ ਅਤੇ ਕਰਕੇ ਤਫਤੀਸ਼ 'ਤੇ ਵੈਰੀਫਾਈ ਕਰ ਰਹੇ ਹਾਂ ਸਾਰਾ ਜੀ। ਅਤੇ ਗਨ ਪੁਆਇੰਟ 'ਤੇ? ਹਾਂਜੀ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਦੱਸਿਆ ਇਹਨਾਂ ਨੇ ਵੀ ਗਨ ਪੁਆਇੰਟ ਚੈੱਕ ਕਰ ਰਹੇ ਹਾਂ ਜੀ, ਚੈੱਕ ਕਰਕੇ ਅਤੇ ਸਾਰੀ ਕਾਰਵਾਈ ਜਿਹੜੀ ਆ ਉਹ ਬਿਆਨ ਲੈ ਕੇ ਸਟੇਟਮੈਂਟ ਲੈ ਕੇ। ਪਰ 2 ਜਣੇ ਸੀ, 2 ਜਣੇ ਜੀ ਮੋਟਰਸਾਈਕਲ 'ਤੇ 2 ਜਣੇ।